सत श्री अकाल दोस्तों, इस समय असीं मोगा दे विच हैं। मोगा दे विच साडे कोल बहुत ही प्यारे, बहुत ही खूबसूरत कलावां दे मालिक सरदार रणजीत सिंह सोहल होरी ने, जिहड़े साडे नाल इस समय बैठे ने। कैलीग्राफी दे विच इन्हां दा अच्छा नाम है, बहुत वधिया काम करदे ने। पंजाबी दे विच कैलीग्राफी बहुत घट लोग करदे ने, पर रणजीत सिंह सोहल होरी ने इस खेत्र दे विच बहुत सरगर्म ने। आओ इन्हां दा स्वागत करदे हां नाल नाल, ते नाल ही इन्हां कोलों जानने की कोशिश करते हैं। सर रणजीत सिंह जी, यह दसो सब तो पहला बिना भूमिका दे भी इस कला वल तुसीं किवें रुचित होए? बस जी, टेबल ते लिखते लिखते ने इन्हां ते चार्ट ते लिखना शुरू कर दिता। हौली हौली शौक वधदा गया वधदा गया वधदा गया, यह शौक जनून तक पहुँच गया है। हुण इस दा कोई एंड नहीं है, इस चीज़ को मैं अगे ही बधाउणा चाहुंदा। जिस तरह भी होया इस मैं अगे तो अगे लैके जावांगा। और ये शौक मैनू होया सिर्फ इस करके भी मिसेज की डैथ होने तो बाद मैं अपने आप में इस पासे मोल्ड कर लिया, जिदे करके हुण मैनू इन्ना शौक हो गया। तो दिन रात मैं यही मेरे दिमाग यही कुछ ही घूमता रहा। जिंदगी दे विच जिहड़ा खिलाफ पैदा होया थोड़ी मिसेज दे नाल जी जान दे नाल, ते ओह तुसीं इस कला दे माध्यम दे राही अपनी पूर्ती कीती। जिंदगी दे विच मैनू इह दस्सो भी ਤੁਸੀਂ ਕਿੰਨੀਆਂ ਕਲਾ ਕਿਰਤਾਂ ਨੇ ਜਿਹੜੀਆਂ ਤੁਹਾਡੀਆਂ ਇਸ ਸਮੇਂ ਤਿਆਰ ਨੇ ਤੁਹਾਡੇ ਕੋਲ? ਮੇਰੇ ਕੋਲ ਜੀ ਇਸ ਟਾਈਮ 250-300 ਤਿਆਰ ਨੇ, ਔਰ ਤਕਰੀਬਨ ਬਣਾਉਂਦਾ ਰਹਿੰਦਾ ਮੈਂ, ਹਰ ਇਸੇ ਪਾਸੇ ਹੀ ਲੱਗਿਆ ਰਹਿੰਦਾ ਮੇਰਾ। ਹੁਣ ਮੈਂ ਪੰਜਾਬੀ ਨੂੰ ਹੀ ਸਮਰਪਿਤ ਹੋਇਆ ਹੋਇਆ ਜੀ, ਸਾਰੇ ਪਾਸੇ ਨੂੰ। ਔਰ 250-300 ਮੇਰੇ ਕੋਲ ਬਣੀਆਂ ਹੋਈਆਂ ਜੋ ਕਿ ਸਾਰੀਆਂ ਅਲੱਗ ਅਲੱਗ ਹੀ ਹਨ। ਅੱਛਾ, ਤੁਸੀਂ ਇਹ ਦੱਸੋ ਵੀ ਕਿੰਨੇ ਤਰੀਕੇ ਦੇ ਫੌਂਟ ਨੇ ਜਿਹੜੇ ਤੁਸੀਂ ਸਿਰਜਦੇ ਹੋ? ਮੈਂ ਹਰ ਵਾਰੀ ਨਵਾਂ ਫੌਂਟ ਸਿਰਜਦਾ ਜੀ, ਕਰਵਾਉਂਦੇ ਗੁਰੂ ਸਾਹਿਬ ਨੇ। ਮੇਰੇ ਕੋਲ ਕੋਈ ਅਜਿਹੇ ਜੀ ਕੋਈ ਹੈ ਨਹੀਂ ਕਿ ਉਹ ਹੱਥ ਫੜ ਕੇ ਆਪ ਹੀ ਮੇਰੇ ਤੋਂ ਫੌਂਟ ਕ੍ਰੀਏਟ ਕਰਵਾ ਲੈਂਦੇ ਨੇ। ਔਰ ਮੈਨੂੰ ਨਹੀਂ ਪਤਾ ਲੱਗਦਾ ਇਹ ਕਿਵੇਂ ਬਣ ਗਿਆ, ਜਦੋਂ ਬਣਦਾ ਉਹ ਫਿਰ ਉਹ ਸਾਰੀ ਬਣਤਰ ਉਸੇ ਤਰ੍ਹਾਂ ਦੀ 35 ਦੀ ਬਣਤਰ ਇਸੇ ਪਾਸੇ ਤੁਰਦੀ ਜਾਂਦੀ ਹੈ ਅਤੇ ਉਹ ਚੱਲਦਾ ਰਹਿੰਦਾ। ਅਜੇ ਪੰਜਾਬੀ ਦੇ ਵਿੱਚ ਉਰਦੂ ਜਾਂ ਇੰਗਲਿਸ਼ ਮੁਕਾਬਲੇ ਕੀ ਲਿਮੀਟੇਸ਼ਨਸ ਨੇ ਤੁਹਾਡੀਆਂ ਕੈਲੀਗ੍ਰਾਫੀ ਦੇ ਵਿੱਚ? ਇਹਦੇ ਫੌਂਟ 'ਤੇ ਨਹੀਂ ਕਿਸੇ ਨੇ ਧਿਆਨ ਨਹੀਂ ਦਿੱਤਾ, ਔਰ ਮੈਂ ਇਸ ਚੀਜ਼ ਨੂੰ ਅੱਗੇ ਵਧਾਉਣ ਲਈ ਇਹਨੂੰ ਸਮਰਪਿਤ ਹਾਂ। ਜਿੰਨਾ ਮੇਰੇ ਤੋਂ ਵੱਧ ਹੋਏਗਾ ਮੈਂ ਇਸ ਨੂੰ ਕਰਦਾ ਰਹਾਂਗਾ ਜਿੰਨੀ ਦੇਰ ਗੁਰੂ ਸਾਹਿਬ ਕਿਰਪਾ ਕਰਨਗੇ। ਇੱਕ ਸਵਾਲ ਮੇਰਾ ਹੋਰ ਹੈ, ਕਿੱਥੇ ਆ ਕੇ ਜਿਹੜੀ ਹੈ ਪੰਜਾਬੀ ਦੀ ਕੈਲੀਗ੍ਰਾਫੀ ਅੰਗਰੇਜ਼ੀ ਉਰਦੂ ਹਿੰਦੀ ਨਾਲ ਵੱਖਰੀ ਹੋ ਜਾਂਦੀ ਹੈ? ਉਹ ਵੱਖਰੀ ਹੋਣ ਦਾ ਕਾਰਨ ਸਿਰਫ ਇੱਕੋ ਹੀ ਹੈ ਜੀ, ਵੀ ਇੰਗਲਿਸ਼ ਦੇ ਅੱਖਰ ਉੱਚਾ ਨੀਵਾਂ ਉੱਪਰ ਨੂੰ ਜਿੰਨਾ ਮਰਜ਼ੀ ਲੈ ਜਾਓ, ਨੀਚੇ ਨੂੰ ਜਿੰਨਾ ਮਰਜ਼ੀ ਲੈ ਜਾਓ, ਉਰਦੂ ਨੂੰ ਜਿੰਨਾ ਮਰਜ਼ੀ ਉੱਚਾ ਥੱਲੇ ਲੈ ਜਾਓ, ਹਿੰਦੀ ਨੂੰ ਵੀ ਇਸ ਤਰ੍ਹਾਂ ਕਰਕੇ ਲਿਜਾ ਸਕਦੇ ਹਾਂ। ਪੰਜਾਬੀ ਦੇ ਉੱਪਰ ਉਹਦੇ ਅੱਖਰਾਂ ਦੀ ਛੱਤ ਪਈ ਹੁੰਦੀ ਹੈ। ਅੱਛਾ, ਉਹਦੇ ਕਰਕੇ ਇਹਦੀ ਲਿਮਿਟੇਸ਼ਨ ਹੋ ਜਾਂਦੀ ਹੈ। ਅੱਖਰ ਦੇ ਉੱਪਰ ਜਿਹੜੀ ਲਾਈਨ ਪਈ ਹੁੰਦੀ ਹੈ ਉਹ ਪੰਜਾਬੀ ਦੇ ਫੌਂਟ ਨੂੰ ਜ਼ਿਆਦਾ ਕ੍ਰੀਏਟ ਕਰਨ 'ਚ ਸਾਨੂੰ ਥੋੜ੍ਹੀ ਜਿਹੀ ਰੋਕਦੀ ਹੈ, ਪਰ ਜਦੋਂ ਅਸੀਂ ਇਸ ਪਾਸੇ ਲੱਗ ਜਾਂਦੇ ਹਾਂ ਫਿਰ ਇਹਦਾ ਕੋਈ ਅੰਤ ਨਹੀਂ ਹੈ, ਜਿੱਥੇ ਤੱਕ ਤੁਸੀਂ ਲਿਜਾ ਸਕਦੇ ਹੋ ਜਾ ਸਕਦੇ। ਇਸ ਕਲਾ ਦੇ ਨਾਲ ਨਾਲ ਤੁਹਾਡੇ ਕੋਲ ਇੱਕ ਹੋਰ ਕਲਾ ਹੈ, ਉਹ ਹੈ ਫੁੱਲਾਂ ਦੀ ਸਜਾਵਟ। ਫੁੱਲ ਤਾਂ ਵੈਸੇ ਵੈਸੇ ਬਹੁਤ ਖੂਬਸੂਰਤ ਹੁੰਦੇ ਨੇ, ਪਰ ਉਹਨਾਂ ਨੂੰ ਇੱਕ ਤਰਤੀਬ ਨਵੀਂ ਦੇਣਾ, ਉਹਨਾਂ ਨੂੰ ਇੱਕ ਸਜਾਉਣਾ, ਬੜਾ ਆਕਰਸ਼ਣ ਦਾ ਕੇਂਦਰ ਬਣਾ ਦਿੰਦੇ ਹੋ ਤੁਸੀਂ, ਉਹ ਕਲਾ ਕਿਵੇਂ ਸਿੱਖੀ ਤੁਸੀਂ? ਜਦੋਂ ਅਸੀਂ ਗੁਰਦੁਆਰਾ ਸਾਹਿਬ ਪਾਠਾਂ ਦੇ ਭੋਗਾਂ 'ਤੇ ਜਾਂਦੇ ਸੀ, ਨਾਨਕਸਰ ਸਮਾਧ ਪਾਈ ਇਸ ਤਰ੍ਹਾਂ ਕਰਕੇ ਵੱਡੇ ਪਾਠਾਂ ਦੇ ਭੋਗ ਪੈਂਦੇ ਸੀ, ਬਹੁਤ ਜ਼ਿਆਦਾ ਰਸ਼ ਹੁੰਦਾ ਸੀ ਜੀ। ਉੱਥੇ ਗੁਰੂ ਸਾਹਿਬ ਦੇ ਅੱਗੇ ਜੋ ਸਜਾਵਟ ਕੀਤੀ ਹੁੰਦੀ ਸੀ ਉਹਦੇ ਫੁੱਲਾਂ ਦੇ, ਸਿਰਫ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਕਿਰਪਿਤ ਕੀਤਾ ਹੁੰਦਾ ਸੀ ਜੀ। ਮੇਰੇ ਮਨ 'ਚ ਹੈ ਕਿਉਂ ਨਾ ਇਸ ਚੀਜ਼ ਨੂੰ ਇੱਕ ਸੁੰਦਰ ਗਲੀਚੇ ਦਾ ਰੂਪ ਦਿੱਤਾ ਜਾਵੇ ਫੁੱਲਾਂ ਦਾ। ਮੈਂ ਫਿਰ ਇਸ ਤਰ੍ਹਾਂ ਕਰਕੇ ਉਹਦੇ ਜਿਹੜੇ ਮੰਜੇ ਦੇ ਪਾਵੇ ਹੁੰਦੇ ਆ ਖਰਾਦਾਂ 'ਤੇ, ਉਹਨਾਂ ਨੂੰ ਖਰਾਦਿਆ ਜਾਂਦਾ, ਉਹਨਾਂ 'ਤੇ ਜੋ ਬੂਰਾ ਉਤਰਦਾ ਚਿੱਟੇ ਰੰਗ ਦਾ, ਉਹਨਾਂ ਨੂੰ ਕਲਰ ਕਰਨਾ, ਉਹਨਾਂ ਨੂੰ ਪੰਜਾਬ 'ਚ ਪਾ ਕੇ ਵੱਖਰੇ ਵੱਖਰੇ ਕਲਰ ਕਰਕੇ ਉਹਨਾਂ ਨੂੰ ਸੁਕਾਉਣਾ, ਲੈ ਕੇ ਜਾਣਾ ਉੱਥੇ, ਫਿਰ ਉਹਨਾਂ ਦੀ ਸਜਾਵਟ ਕਰਨੀ ਸ਼ੁਰੂ ਕੀਤੀ। ਫਿਰ ਉੱਥੇ ਦੇ ਜਿੱਥੇ ਇਹ ਕੰਮ ਕਰ ਰਹੇ ਸੀ ਉੱਥੇ ਦੇ ਮਹਾਂਪੁਰਸ਼ ਕਹਿੰਦੇ ਨਹੀਂ ਆਪਾਂ ਅਸਲੀ ਫੁੱਲਾਂ ਨਾਲ ਹੀ ਸਜਾਵਟ ਕਰਿਆ ਕਰਨੀ। ਫਿਰ ਉਹ ਜਿਹੜੀ ਸਜਾਵਟ 1000 ਸਕੇਅਰ ਫੁੱਟ ਦੇ ਕਰੀਬ ਹੁੰਦੀ ਸੀ ਉਹਨਾਂ ਨੂੰ ਕਰਨ 'ਚ ਤਕਰੀਬਨ 2.5-3 ਕੁਇੰਟਲ ਦੇ ਕਰੀਬ ਫੁੱਲ ਲੱਗਦੇ ਸੀ। ਉਹ ਫਿਰ ਉਹ ਸ਼ੁਰੂ ਕਰਦੇ, ਗੁਰੂ ਸਾਹਿਬ ਨੇ ਆਪ ਹੱਥ ਦੇ ਕੇ ਉਹ ਮੈਨੂੰ ਸੇਵਾ ਦਿੰਦੇ ਹੈ, ਉਹਨਾਂ ਦਾ ਕੋਟਾਨ ਕੋਟ ਧੰਨਵਾਦ। ਇਹਨਾਂ ਦੋਹਾਂ ਕਲਾਵਾਂ ਦੇ ਨਾਲ ਗੁਰੂ ਸਾਹਿਬ ਦੀ ਇੱਕ ਤੁਹਾਡੇ 'ਤੇ ਮਿਹਰ ਹੋਰ ਹੈ, ਉਹ ਤੁਹਾਨੂੰ ਪਰਿਵਾਰ ਦਾ ਵੀ ਤੁਹਾਡਾ ਮਾਹੌਲ ਉਸ ਤਰੀਕੇ ਦਾ ਤੁਹਾਨੂੰ ਮਿਲਿਆ। ਸ਼ਬਦ ਗਾਇਨ ਗੁਰਬਾਣੀ ਦੇ ਤੁਸੀਂ ਬਹੁਤ ਖੂਬਸੂਰਤੀ ਨਾਲ ਕਰਦੇ ਹੋ, ਇਹਦੇ ਬਾਰੇ ਵੀ ਮੈਂ ਚਾਹਾਂਗਾ ਵੀ ਆਪਣੀ ਸਾਂਝ ਤੁਸੀਂ ਸਾਡੇ ਸਰੋਤਿਆਂ ਨਾਲ ਹੋ। 79 ਦੀ ਗੱਲ ਹੈ, ਮੈਨੂੰ ਸ਼ੌਕ ਸੀ, ਕੀਰਤਨ ਸੁਣਦਾ ਸੀ ਜਦੋਂ ਮੈਂ, ਮੇਰੇ ਮਨ 'ਚ ਇੱਕ ਲਲਕ ਉੱਠਦੀ ਸੀ ਵੀ ਮੈਂ ਵੀ ਕਰਾਂ ਇਹ ਕੰਮ ਕਰਾਂ। ਉਹ ਕਰਦੇ ਕਰਦੇ ਮੈਨੂੰ ਇਹ ਸ਼ੌਕ ਜਾਗਿਆ, ਔਰ ਮੰਡੀ ਗੋਬਿੰਦਗੜ੍ਹ ਵਿਖੇ ਪ੍ਰੋਫੈਸਰ ਰਾਮ ਦਿੱਤਾ ਜੀ ਸੀਗੇ ਜੀ, ਜਿਹੜੇ ਕਿ ਕਲਾਸੀਕਲ ਦੇ ਮਾਹਰ ਸੀ, ਕਾਲਜ ਦੇ ਵਿੱਚ ਸਿਖਾਉਂਦੇ ਸਨ ਜੀ। ਉਹਨਾਂ ਤੋਂ ਮੈਂ 6 ਮਹੀਨੇ
सिक्ख्या ली है। बाकी गुरु साहब ने आप कृपा की है, क्लासीकल का शौक मैंने शुरू तो रहा, और मैं तकरीबन ढाई पौड़े तो कंपोजिशन इस बना चुके हैं, जिड़ियाँ कि किसी रागी साहब ने नहीं गाइया हुई, वो अलग ही ने जो कि मेरे को है, कोई चाहे तो लै भी सकता है कुछ। बहुत अच्छे रब तौर पर मेहर बना के रखे, सारिया शुभकामनावान थोड़े दे नाल ते दोस्तों इस नाल ही असी सोच सब तो वधाई की जाए। एक स्नेहा मैं जरूर देना चाहूँगा, जरूर मैं अजकल दे जनरेशन में यह कहना चाहवागा भी वो पंजाबी माँ बोली नाल चंगी तरह जुड़ो, बहुत ही मिठी, बहुत ही प्यारी, बहुत ही सुंदर, जिस तरह आप कैलीग्राफी को सुंदर अखरों च करते हैं इस तरह की बहुत ही प्यारी सुंदर बोली है, बहुत ही इनू लिखने च बहुत आनंद आता, कृपा करके वो सारे जुड़ो, और अप जो तुम जुड़ोगे तो अपने आप में परमात्मा नाल जुड़े पाओगे, ये मैं कहना चाहता। बाकी सारे का बहुत बहुत ये कहा जाता है भी अगर किसी को अपनी माँ बोली आँदी है दुनिया दी सारिया बोलियां सारिया भाषावां आउंदियां ने। बहुत बहुत धन्यवाद तुसी अपना टीम दे वास्ते, बहुत धन्यवाद जी, तुसी आए जी, आए नू मोस्ट वेलकम, सारिया का स्रोतियां का बहुत बहुत धन्यवाद जी, सारिया का बहुत बहुत धन्यवाद।